ਤੁਸੀਂ ਕਿੱਧਰ ਬਹਿਣਾ ਜੇ ਅੱਗੇ ਉੱਪਰ ਆ ਕਿੱਦਾਂ ਬੈਠਾ ਹੈ ਓਏ ਸਹੀ ਗੱਲ ਆ ਮੰਡੀ ਵਾਪਸੀ ਉਹ ਵਾਹਲਾ ਨਜਾਇਜ਼ ਹੀ ਪੈ ਗਿਆ आई होप तुसीं सारे ठीक हो ते आपां वी ठीक आ ते असीं अज प्लैन बनाया सी वैष्णो देवी चमुंडा जी ज्वाला जी कांगड़ा अहीं इत्थे सारे हो के आवांगे तुहानूं टूर भी दिखावांगे ते तुहानूं हुण तक ते हो सकदा तुसीं क्या होगा कि जिस तरह वीडियो देखी है जिस तरह अहीं इंट्रो दिखाती आ ते क्या होगा शायद अजे तक ते कोई सानूं इंट्रोड्यूस नहीं कीता जिस तरह सानूं दस्सिया नहीं कि किधर चले वो इस करके क्योंकि रात दे विच बहुत यानि कि शोर शराबा है जिस तरह अहीं उपरों ट्राली थानी आए तुसीं देख सकदे इहदे उत्ते बह के आए हाँ ते बहुत ही आवाज़ आ रही सी जो कि तुहानूं नहीं समझ लग सकदी हुण साडा पहला स्टे आ जी कानवन कानवन साडी गुरुआं दी जगह जद्दी पुश्ती जगह अहीं बड़े पहलां तों आ रहे साडे दादे पड़दादे आ रहे ਤੁਹਾਨੂੰ ਉੱਥੋਂ ਦੀ ਅਸੀਂ ਜਗ੍ਹਾ ਦਿਖਾਵਾਂਗੇ ਜਿੱਥੇ ਅਸੀਂ ਮੇਨ ਗੱਦੀ ਦੇ ਬਾਬਾ ਜੀ ਬਹਿੰਦੇ ਆ ਅਤੇ ਅਸੀਂ ਜਿੱਥੇ ਮੱਥਾ ਟੇਕਦੇ ਹਾਂ ਜੇ ਹਰ ਸਾਲ ਮੇਲਾ ਲੱਗਦਾ ਹੋ ਸਕਦਾ ਐਰਕੀ ਸਾਲ ਵੀ ਆਈਏ ਆਉਣਾ ਜ਼ਰੂਰ ਅਤੇ ਐਰਕੀ ਜੂਨ ਜੁਲਾਈ 'ਚ ਸ਼ਾਇਦ ਮੇਲਾ ਆਵੇ ਅਤੇ ਤੁਹਾਨੂੰ ਦਿਖਾਵਾਂਗੇ ਉੱਥੋਂ ਦਾ ਮੇਲਾ ਅਤੇ ਹੁਣ ਦਾ ਵੀ ਦਿਖਾਵਾਂਗੇ ਅਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਹੋ ਸਕਦਾ ਅਸੀਂ ਛੋਟੇ ਛੋਟੇ ਕਲਿੱਪ ਐਡ ਕਰੀਏ ਅਤੇ ਚੱਲਦੇ ਅੰਦਰ ਤੁਹਾਨੂੰ ਬਹੁਤ ਹੀ ਸੋਹਣਾ ਨਜ਼ਾਰਾ ਇੱਥੋਂ ਦਾ ਯਾਨੀ ਕਿ ਅਸੀਂ ਜਦੋਂ ਇੱਥੇ ਰਹੀਦਾ ਅਸੀਂ ਦੋ ਤਿੰਨ ਦਿਨ ਲਾ ਜਾਈਦਾ ਸੀ ਪਹਿਲਾਂ ਅਤੇ ਇੱਥੋਂ ਜਦੋਂ ਆ ਅਤੇ ਅੱਜ ਹੋਲੀ ਦਾ ਦਿਨ ਆ ਅੱਜ ਬਹੁਤ ਖੁਸ਼ਕਿਸਮਤ ਨਾਲ ਸਲਾਹ ਬਣੀ ਆ ਅਚਾਨਕ ਸਲਾਹ ਜੀ ਦਿਖਾਉਂਦੇ ਤੁਹਾਨੂੰ ਸਾਰਾ ਮੰਦਰ ਇੱਥੇ ਸਾਡੇ ਜਿਹੜੇ ਬਜ਼ੁਰਗ ਹੈਗੇ ਸਾਡੇ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਕਰ ਜਿਹੜੇ ਸਾਡੇ ਦਾਦੇ ਪੜਦਾਦੇ ਉਹਨਾਂ ਨੇ ਦੱਸਿਆ ਕਿ ਇੱਥੇ ਨਾਗ ਨਾਗਿਨ ਦਾ ਇੱਕ ਜੋੜਾ ਰਹਿੰਦਾ ਜੋ ਕਿ ਇੱਛਾਧਾਰੀ ਵੀ ਕਹਿੰਦੇ ਅਤੇ ਉਹ ਇਸ ਕਰਕੇ ਇੱਥੇ ਮੰਦਰ ਬਣਾਇਆ ਤੁਸੀਂ ਦੇਖ ਸਕਦੇ ਇੱਥੇ ਲੱਸੀ ਵੀ ਚੱਲਦੀ ਕੱਚੀ ਦੀਵਾ ਚੱਲਦਾ ਅਤੇ ਫੋਟੋਆਂ ਅਤੇ ਸਾਲ ਬਾਅਦ ਇੱਥੇ ਮੇਲਾ ਲੱਗਦਾ ਜਿਹੜਾ ਉਹ ਮੇਲਾ ਦੇਖਣ ਵਾਲਾ ਹੁੰਦਾ ਇੱਕ ਇਹ ਮੰਦਰ ਅਤੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੁਹਾਨੂੰ ਅੱਗੇ ਦਾ ਹਜੇ ਟੂਰ ਹੋਰ ਦਿਖਾਵਾਂਗੇ ਇਹ ਆ ਗਏ ਜੀ ਬਿਲਕੁਲ ਅੰਦਰ ਇਹ ਦੇਖ ਸਕਦੇ ਹੋ ਜਿੱਥੇ ਆਪਾਂ ਗੁਰੂਆਂ 'ਤੇ ਆਈਦਾ ਇੱਥੇ ਸਾਰਾ ਹੀ ਪਿੰਡ ਪਹੁੰਚਿਆ ਹੁੰਦਾ ਜਦੋਂ ਮੇਲਾ ਹੁੰਦਾ ਅਤੇ ਅਸੀਂ ਤਾਂ ਬੜੇ ਚਾਵਾਂ ਨਾਲ ਆਈਦਾ ਜਦੋਂ ਛੋਟੇ ਵੀ ਹੁੰਦੇ ਸੀਗੇ ਆਪਾਂ ਤੂੰ ਨਹੀਂ ਲਵਾਇਆ ਰੰਗ ਹੈਪੀ ਹੋਲੀ ਹੈਪੀ ਹੋਲੀ ਦਰਬਾਰ 'ਤੇ ਆਏ ਸੀਗੇ ਮਹਾਰਾਜ ਦੇ
ਤੇ ਇੱਥੇ ਆ ਕੇ ਸਾਡਾ ਹੋਲੀ ਦਾ ਪਹਿਲਾ ਦਿਨ ਹੈ ਯਾਨੀ ਕਿ ਅੱਜ ਬਾਤ ਹੋ ਗਈ ਆਪਣੀ ਤੇ ਦੇਖਦੇ ਹੁਣ ਅੱਗੇ ਜਾ ਕੇ ਜੋ ਅੱਗੜ ਦਾ ਟੂਰ ਹੋਊਗਾ ਤੁਹਾਨੂੰ ਦਿਖਾਈ ਦੇਵਾਂਗੇ ਨਾਗ ਨਾਗਿਨ ਇੱਥੇ ਜਿਹੜੇ ਜੋੜਾ ਚੜ੍ਹਾ ਕੇ ਜਾਂਦੇ ਜਾਂ ਫਿਰ ਸੁੱਖਣਾ ਜਿਨ੍ਹਾਂ ਨੇ ਸੁੱਖੀ ਹੁੰਦੀ ਆ ਉਹ ਇੱਥੇ ਰੱਖ ਦਿੰਦੇ ਆ ਮਨੋਕਾਮਨਾ ਉਹਨਾਂ ਦੀ ਪੂਰੀ ਹੁੰਦੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਫਿਰ ਲਾਤਾ ਹੋਲੀ ਚੱਲੀਏ ਚਲੋ ਫਿਰ ਚਲੋ ਬੈਠੋ ਚਲੋ 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 ਤੁਸੀਂ ਨਹੀਂ ਮਨਾਈ ਹੋਲੀ ਲੱਗਿਆ ਨਹੀਂ ਰੰਗ ਤੁਹਾਡੇ ਬਹੁਤ ਥੋੜਾ ਥੋੜਾ ਲੱਗਿਆ ਰੰਗ ਕਨਵਨ ਤੋਂ ਵਾਪਸੀ ਫਿਰ ਤੋਂ ਅੱਗੇ ਜਾਵਾਂਗੇ ਆਪਾਂ ਕਾਂਗੜੇ ਸ਼ਹਿਰ ਕਾਂਗੜੇ ਬਾਕੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਡਾ ਦੂਜਾ ਸਟੇ ਹੋਇਆ ਅਸੀਂ ਕਨਵਨ ਤੋਂ ਜਸਟ ਬਾਹਰ ਨਿਕਲੇ ਹਾਂ ਅਤੇ ਉਹਨਾਂ ਨੇ ਸਾਨੂੰ ਰੋਕਿਆ ਕਹਿੰਦੇ ਲੰਗਰ ਖਾ ਕੇ ਜਾਓ ਅਤੇ ਲੰਗਰ ਅਸੀਂ ਲੰਗਰ ਖਾ ਕੇ ਹੋ ਗਏ ਫ੍ਰੀ ਅਤੇ ਆਪਣਾ ਦੇਖੋ ਇਹ ਜੀ ਆਪਣੀ ਗੱਡੀ ਅਤੇ ਇਸ ਟਾਈਮ ਅਸੀਂ ਦੂਸਰਾ ਸਟੇਅ ਕੀਤਾ ਅਤੇ ਪਹਿਲਾ ਸਟੇਅ ਸੀ ਕਨਵਨ ਅਤੇ ਦੂਸਰਾ ਸਟੇਅ ਕਨਵਨ ਤੋਂ ਬਾਅਦ ਜਦੋਂ ਆਏ ਅਤੇ ਇੱਥੇ ਜਲਦੀ ਹੌਲੀ ਬੋਲੋ ਹੌਲੀ ਬੋਲੋ ਇਸ ਟਾਈਮ ਤਾਂ ਮੈਨੂੰ ਪੂਰੇ ਚੱਕਰ ਆਉਂਦੇ ਆ ਉਹ ਸਾਹਮਣੇ ਗੱਡੀ ਉਹ ਗੱਡੀ ਲੱਗੀ ਆਪਣੀ ਅਸੀਂ ਉੱਥੋਂ ਆ ਗਏ ਪੈਦਲ ਅਤੇ ਤੁਹਾਨੂੰ ਭਾਅ ਜੀ ਕਿੱਥੇ ਬੈਠੇ ਆਪਾਂ ਇਸ ਟਾਈਮ ਜੀ ਅਸੀਂ ਪੰਜਾਬ ਹਿਮਾਚਲ ਦੇ ਬੈਰੀਅਰ 'ਤੇ ਬੈਠੇ ਹਾਂ ਜੀ ਪੰਜਾਬ ਹਿਮਾਚਲ ਦੇ ਬੈਰੀਅਰ 'ਤੇ ਹਾਂਜੀ ਜੀ ਠੀਕ ਹੈ ਅਤੇ ਤੁਸੀਂ ਦੇਖ ਸਕਦੇ ਹੋ ਨਜ਼ਾਰਾ ਇੱਥੋਂ ਦਾ ਡਿਸਟ੍ਰਿਕਟ ਊਨਾ ਸਾਹਮਣੇ ਨਾ ਪਹਾੜ ਹੈਗੇ ਲੇਕਿਨ ਸ਼ਾਇਦ ਇਹਦੇ 'ਚ ਨਾ ਨਜ਼ਰ ਆਉਂਦੇ ਹੋਣ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ ਪਹਾੜ ਵੀ ਅਤੇ ਹੋਰ ਤੁਹਾਨੂੰ ਭਾਅ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਇਹੋ ਹੈ ਜੀ ਅੱਜ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦਿਹਾੜਾ ਸੰਗਤ ਦਾ ਚੱਲ ਰਿਹਾ ਹੈ ਹਾਂਜੀ ਸੰਗਤ ਬੜੇ ਜ਼ੋਰ ਸ਼ੋਰ ਨਾਲ ਮੱਥਾ ਟੇਕਣ ਜਾ ਰਹੀ ਹੈ ਹਾਂਜੀ ਅਤੇ ਓਨੀਆਂ ਹੀ ਵਾਹਿਗੁਰੂ ਸੰਗਤਾਂ ਨੇ ਸੰਗਤ ਨਿਹਾਲ ਕਰਦੀ ਵੀ ਓਨੇ ਹੀ ਲੰਗਰ ਲੱਗੇ ਓਨੇ ਹੀ ਲੰਗਰ ਤੁਹਾਨੂੰ ਦਿਖਾ ਤੇ ਆਪਾਂ ਕਿੰਨੇ ਲੰਗਰ ਲੱਗੇ ਆ ਇੱਕ ਇਸ ਟਾਈਮ ਸਾਰੇ ਹੀ ਫੋਨ ਦੇ ਫੜ ਕੇ ਅਤੇ ਵੀਡੀਓ ਬਣਾਉਂਦੇ ਆ ਤੂੰ ਬਣਾ ਲਈ ਹੈ ਨਾ ਪਹਿਲਾਂ ਮੈਂ ਤੇ ਫਿਰ ਬਣਾਉਣੀ ਨਿਆਣੇ ਰੁੜ ਗਏ ਹਾਂਜੀ ਲਓ ਜੀ ਬੜੀ ਅਸੀਂ ਸ਼ਰਧਾ ਦੇ ਭਾਵਨਾ ਨਾਲ ਜਾ ਰਹੇ ਹਾਂ ਸਾਰੇ ਬੱਚੇ ਬੜਾ ਇੰਜੋਇਮੈਂਟ ਕਰ ਰਹੇ ਨੇ ਇਹ ਸਾਡੇ ਸੋਨੂ ਕੁਮਾਰ ਜੀ ਜਿਹਨੂੰ ਅਸੀਂ ਗੋਪਾਲ ਨਾਥ ਜੀ ਕਹਿੰਦੇ ਹਾਂ ਮਾਤਾ ਮਾਡਲ ਟਾਊਨ ਮਾਤਾ ਜੀ ਦੇ ਸੇਵਾਦਾਰ ਗੋਪਾਲ ਨਾਥ ਜੀ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਉਹਨਾਂ ਦੇ ਨਾਲ ਸਾਡੀ ਮੈਂ ਰੀਜਨ ਜੀ ਉਹਨਾਂ ਦੇ ਚਾਚਾ ਜੀ ਮੋਹਨ ਲਾਲ ਜੀ ਸੁਖਾਂਸੀ ਜੀ ਦਾਨਿਆ ਮੈਡਮ ਜੀ ਔਰ ਜੀ
ਪਹਿਲਾਂ ਤੁਹਾਨੂੰ ਵੀ ਦਿਖਾਤਾ ਆ ਮਗਰ ਪਾਪੜ ਪਾਪੜ ਇੱਥੇ ਗੱਡੀਆਂ ਦਾ ਬਹੁਤ ਜ਼ੋਰ ਲੱਗ ਰਿਹਾ ਜੀ ਆ ਦੇਖੋ ਜੀ ਉਹ ਗੱਡੀਆਂ ਗਈਆਂ ਜੀ जो इतने आ पाओगे तुम फिर पता लगेगा इतों का रियल नज़ारा जो एक्चुअल जो है जो रिकॉर्ड होंगे तुम दिखा दिना मैं ऊपर देखो गला क्यों बह गया भाई ताडा जकारे ला के बस महामारी के जकारे ला के गले में थोड़ी खराश हो गई है गला दर्द हो रहा है जाके थोड़ी गर्म पानी लगा दे बस चल पाँगे फिर अस ठीक है तो तीन व्यू देख सकते इतों का पहाड़ी व्यू कैमरे सामने हाँ जी मैक जी तुम बोलना चाहोगे कुछ अगे मोड़ देखो भाजी पता लगता भी ड्राइवर च कि दम अच्छा उतो महामारी पूरी शक्ति बंदा उपर चलता चकाना लगेगा तो गड्डी चलेगी नहीं तो नहीं निकले नहीं तो नहीं तुम भी जमा के देखते हो जो कभी इतना चलो ठीक है भाजी इस टाइम तो यही फर्स्ट टाइम आए हो मोंकी कितने गया मोंकी नहीं देखा तुम अगे मोंकी दिखावे नहीं काओ तो बहुत देख लिया रस्ते च पहाड़ी काओ अगे मोंकी आऊगा तुम दिखावे बाकी रस्ते तुम दिखाते हैं रस्ते तुम देख सकते हो जो कि बहुत खतरनाक है जो कि बहुत डर लग रहा है इस टाइम अभी टॉप से बैठे हैं इस टाइम टॉप से बह के सारा कुछ देखना बहुत वधिया तो जो एक डर लगता वह भी अलग चीज है ये खाइया देख सकते कि डूंगिया डूंगिया एक और दो दो चार इधर दे दो मेरा हाथ पुठा पै गया कैमरे चो नहीं नज़र आ सकता लेकिन जो बंदा इतने आप जो नज़ारा लैंदा वो कैमरे च घट वध ही आउंदा एक तो बाद एक पहाड़ बड़े बड़े देखो जी कितना बड़ा पहाड़ आ गया फिर सोनू भाई कैंची मोड़ आना जे हाँ जी हाँ जी अगे बाबा अगे जे नहीं आ रही है थोड़ा ही बहुत ही अगे नहीं देख दे कैंची मोड़ क्या हो जाएगा भाजी कैंची मोड़ तो आप ना रखे जे बोर्ड लिखा होगा तो फिर तो मैं मना गा बोर्ड नहीं लिखा नहीं लिखा मैं लगता पहाड़ आप कट्टन दे है जितना सफाई ना कट्टे हुए देखो जी नज़ारे देखो इतों के हिमाचल वाले नज़ारे बस चिंते पुनी तक ही मोहर अगे नहीं हो ठीक है अगो पतला ही है कम अच्छा ठीक है
ਸਮਾਈਲ ਨਹੀਂ ਆਉਂਦੀ ਤੇਰੇ ਚਿਹਰੇ ਤੇ ਸਮਾਈਲ ਚੀਜ਼ ਕਰੋ ਚੀਜ਼ ਉਹ ਗੱਡੀ ਖਿਲਾਰੋ ਉਲਟੀਆਂ ਆਉਂਦੀਆਂ ਥੱਲੇ ਫੁਹਾਰੇ ਵੱਜ ਗਏ ਥੱਲੇ बैठे उधर देखू तेन आई तेन आई तेन आई है मेनू नहीं आई चल जिन्हू नहीं आनी सू आ जानी चल नहीं चल थले दुकाना है इतने फाइनली बगला मुखी आप पहुँच गए तो वो है जी मंदिर बगला मुखी का तो जाके दिखाने तुम गड्डी अपनी लगी यार ये जी अपनी सारी संगत जी जा रही है ते असी आ गए हैं बगला मुखी मंदिर के अंदर तो आ देखो जी ये दरबार उन्हों का या पौड़ियाँ उतरते हैं इतों थकावट जी बहुत ज़्यादा हुई दी है इस टाइम तो जी तुम दर्शन कर लो महामाई के दरबार से बगला मुखी आ गए अंदर लैन दे लग के बहुत बड़ा मंदिर है चलो 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 सो साडी डेढ़ घंटे बाद वारी आई है तो माता जी का श्रृंगार हो रहा है लैन देख लो साढ़े तो बाद आए जी हजे भी आ गए तो दर्शन कर लो तुम अंदरों मत्था टेक लिया तो अंदर फोटो खिंचना या फिर वीडियो बनाना मना है इस करके तुम नहीं दिखाया प्रसाद लैन का अंदर अंदर जो कि बर्फी का मिले तो देख सकते बहुत बड़े बड़े हवन होंगे इतने हवन होंगे इतने बहुत बहुत बड़े चलो चलो देखो असी हो गए सारे कट्ठे इतने एक फोटो खिचावांगे कलो तो सही पहला लो जी सारी फैमिली फोटो आन लगी है बड़ा मैं कैमरा फड़िया ना इस इन क्वालिटी कितों आनी है एक फ्रंट सैल्फी कौन रह गए सीगे कितने मामी लै गया वो अगे वो तो फिर पीछे रह गए सो तीन देख सकते असी तो मत्था टेक लिया तो तीन लाइन देखो बहुत रश पैंदा इतने
बहुत मानता है बगला मुखी माता जी का मंदिर आ। इत बहुत बड़े बड़े हवन होंगे देख रहे हो, बहुत जगह के हवन होंगे इतने बहुत बहुत बड़े। फैमिली आनी है 6-6 महीने पहला की बुकिंग होंगी इतने, तो अपनी फैमिली सारी गई है कितने, शायद वॉशरूम वगैरह गई हो कि फिलहाल ये बंदे बैठे। होर जो कोई होर मैं नवी चीज़ देखना तुम दिखाना, मत्था टेक लिया सारे ने। स्टे करांगे ते अपने फोन की होगी बैटरी लो होने करके देखते हैं जे चलूगी तुम होर कुछ दिखावे, जे नहीं तो फिर इतने ही एंड करते हैं। तो तुम कल का जितने आप घूमेंगे कल की तुम होर यानी कि फुल डे ब्लॉग जो कहते फुल डे ब्लॉग तुम दिखावे कल का, तो मिलते हैं फिर देखियो कल का नैक्सट ब्लॉग। तो ओके बाय।